वेलकम बैक इन आवर प्रोग्राम जी डॉक्टर साहब ਸਾਡੀ ਅਗਲੀ ਈਮੇਲ ਆਈ ਹੈ ਨਿਊਯਾਰਕ ਤੋਂ ਡਾਕਟਰ ਅਰਵਿੰਦਰ ਸਿੰਘ ਜੀ ਦੀ ਇਹ ਲਿਖਤੀ ਹੈਨ ਪਿਆਰੇ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀਆਂ ਈਮੇਲਸ ਮਿਲ ਗਈਆਂ ਹੋਣਗੀਆਂ ਖਾਸ ਕਰਕੇ ਨੈਸ਼ਨਲਿਸਟ ਮੂਵਮੈਂਟ ਮੂਵਮੈਂਟ ਬਾਰੇ ਮੈਂ ਸੋਚਦਾ ਹਾਂ ਕਿ ਸਾਨੂੰ ਪੰਥਕ ਧਿਰਾਂ ਨੂੰ ਇਕੱਠੇ ਹੋਣ ਲਈ ਲਗਾਤਾਰ ਸੁਨੇਹਾ ਦੇਣਾ ਚਾਹੀਦਾ ਹੈ ਇੱਕ ਚੀਜ਼ ਜੋ ਜੋ ਅਸੀਂ ਟੀਵੀ 84 ਰਾਈਂ ਕਾਲ ਸਕਦੇ ਹਾਂ ਉਹ ਇਹ ਹੈ ਕਿ ਸਾਰੀਆਂ ਪੰਥਕ ਤਿਰਾਂ ਦੀ ਕੋਆਰਡੀਨੇਟਿਵ ਕਮੇਟੀ ਬਣਾਈ ਜਾਵੇ ਪਹਿਲਾਂ ਇਸ ਗੱਲ ਤੇ ਧਿਆਨ ਦਿੱਤਾ ਜਾਵੇ ਕਿ ਅਪਾਹਜ ਹੋਈ ਲੀਡਰਸ਼ਿਪ ਇੱਕ ਪਲੇਟਫਾਰਮ ਤੇ ਆ ਕੇ ਸੇਖ ਸੰਗਤਾਂ ਨੂੰ ਪ੍ਰੋਗਰਾਮ ਦੇਵੇ ਇਸ ਦਾ ਮੁੱਖ ਮਕਸਦ ਸਿੱਖਾਂ ਚ ਸੰਘਰਸ਼ੀ ਲੀਡਰਸ਼ਿਪ ਪੈਦਾ ਕਰਨਾ ਹੈ ਜਿਹੜੀ ਸਾਨੂੰ ਅੱਜ ਦੀ ਸਥਿਤੀ ਚੋਂ ਕੱਢ ਕੇ ਸਾਡੇ ਅਸਲੀ ਨਿਸ਼ਾਨੇ ਖਾਲਸਤਾਨ ਮਲ ਲਿਜਾ ਸਕੇ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਤੇ ਸਮਝਾਇਆ ਜਾਵੇ ਕਿਸ ਸਿੱਖ ਹੋਮਲਾਂ ਸਾਡਾ ਮਕਸਦ ਹੈ ਅਤੇ ਅਸੀਂ ਉਸ ਲਈ ਦਿੱਤੀ ਗਈ ਕੁਰਬਾਨੀ ਵਿਅਰਥ ਨਹੀਂ ਜਾਣਦੇ ਨਹੀਂ ਤੁਸੀਂ ਆਪਣੇ ਪ੍ਰੋਗਰਾਮ ਸੱਚੋ ਸੱਚ ਵਿੱਚ ਸਾਰੀਆਂ ਪੰਥਕ ਤੀਰਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦੀ ਕਾਲ ਦਿਓ ਤਾਂ ਜੋ ਕਮੇਟੀ ਬਣਾਈ ਜਾ ਸਕੇ ਪੰਥਕ ਤੀਰਾਂ ਦੀ ਅੱਜ ਦੀ ਸਥਿਤੀ ਸੰਜੋਗ ਨਹੀਂ ਹੈ ਜੀ ਦਰਸਾ ਡਾਕਟਰ ਅਰਵਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਸਾਨੂੰ ਉਹ ਜਵਾਬ ਤੋਂ ਦਿੱਤੇ ਜੀ ਉਹ ਬੜੇ ਲਗਾਤਾਰਤਾ ਦੇ ਨਾਲ ਸਾਡੇ ਨਾਲ ਫੋਨ ਤੇ ਵੀ ਸੰਪਰਕ ਕਰਦੇ ਨੇ ਕੋਈ ਵੀ ਦਿਲਚਸਪ ਆਰਟੀਕਲ ਲਿਖਤ ਨਿਊਜ਼ ਸਟੋਰੀ ਐਨਲਿਸਿਸ ਉਹਨਾਂ ਨੂੰ ਮਿਲਦਾ ਹੈ ਉਹ ਫੌਰਨ ਉਹਨੂੰ ਈਮੇਲ ਵੀ ਕਰਦੇ ਨੇ ਫਿਰ ਡਿਸਕਸ ਵੀ ਕਰਦੇ ਨੇ ਜਿਵੇਂ ਉਹਨਾਂ ਨੇ ਨੈਸ਼ਨਲਿਸਟਿਕ ਮੂਵਮੈਂਟ ਸਬੰਧੀ ਮੇਲ ਦਾ ਜ਼ਿਕਰ ਕੀਤਾ ਜੀ ਸੋ ਇੱਕ ਅੰਗਰੇਜ਼ ਬੀਬੀ ਨੇ ਜਿਹੜੀ ਹੈ ਮੁਸਲਮਾਨ ਲੀਗ ਦੀ ਹਿਸਟਰੀ ਸ਼ਾਇਦ 1909 ਤੋਂ 1947 ਤੱਕ ਲਿਖੀ ਹੈ ਕਿ ਕਿਵੇਂ ਇਸ ਜਥੇਬੰਦੀ ਨੇ ਆਪਣਾ ਨਿਸ਼ਾਨਾ ਹਾਸਲ ਕੀਤਾ ਉਹਦੇ ਦੋ ਤਿੰਨ ਨੁਕਤੇ ਜਿਹੜੇ ਕਿ ਉਹਦੀ ਫੋਰਵਰਡ ਦੇ ਵਿੱਚ 14 ਦਾ ਜਸਟ ਹੈ ਉਹ ਇਹੀ ਨੇ ਕਿ ਵੀ ਲੋਕਾਂ ਦਾ ਆਪਸ ਦੇ ਵਿੱਚ ਵੈਲਨਟ ਹੋਣਾ ਠੀਕ ਲੀਡਰਸ਼ਿਪ ਦਾ ਮਿਲਣਾ ਜੀ ਔਰ ਠੀਕ ਟਾਈਮਿੰਗ ਦਾ ਹੋਣਾ ਔਰ ਉਹਨੇ ਕਨਕਲੂਡ ਕੀਤਾ ਹੈ ਵੀ ਇਸਲਾਮਿਕ ਜਿਹੜੀਆਂ ਵੈਲਿਊਜ਼ ਚ ਯਕੀਨ ਰੱਖਣ ਵਾਲੀ ਜਿਹੜੀ ਕਮਿਊਨਿਟੀਜ਼ ਸੀ ਉਹਨਾਂ ਦੀ ਵੈਲਨਟ ਸੀ ਉਹਨਾਂ ਦੇ ਇੰਟਰਸਟ ਸਾਂਝੇ ਸੀ ਜੀ অরুণਾ ਨੂੰ ਕਾਗਦੇ ਆਜ਼ਮ ਮੁਹੰਮਦ ਅਲੀ ਜਨਾ ਵਰਗਾ ਦੂਰੰਦੇਸ਼ ਲੀਡਰ ਵੀ ਮਿਲਿਆ ਜਿਸ ਨੇ ਉਹ ਸਾਰੀ ਸਿਚੁਏਸ਼ਨ ਨੂੰ ਆਰਟੀਕੂਲੇਟ ਕੀਤਾ ਔਰ ਟਾਈਮਿੰਗ ਜ਼ਾਰ ਹੈ ਵੀ ਅੰਗਰੇਜ਼ ਸੈਕੰਡ ਵਰਲਡ ਵਾਰ ਤੋਂ ਬਾਅਦ ਆਰਥਿਕ ਤੌਰ ਦੇ ਉੱਤੇ ਬਹੁਤ ਥੱਲੇ ਚਲੇ ਗਏ ਸੀ ਉੱਥੋਂ ਨਿਕਲਣਾ ਚਾਹੁੰਦੇ ਸੀ ਜੀ ਸੋ ਉਸ ਸਾਰੇ ਦੇ ਵਿੱਚ ਕਾਂਗਰਸ ਵੀ ਕਾੜੇ ਕਾੜੀ ਪਈ ਹੋਈ ਸੀ ਖਾਸ ਤੌਰ ਤੇ ਨਹਿਰੂ ਔਰ ਪਟੇਲ ਨੂੰ ਲੱਗਦਾ ਸੀ ਵੀ ਅਸੀਂ ਬੁੱਢੇ ਹੋ ਗਏ ਔਰ ਇਹ ਨਾ ਹੋਏ ਵੀ ਬਿਨਾ ਪਾਵਰ ਇੰਜੋਏ ਕੀਤੇ ਮਰ ਜਾਈ ਸੋ ਉਹ ਸਾਰੇ ਜਿਹੜੇ ਪਾਰਟ ਨੇ ਉਹ ਉਹ ਤਿੰਨੋ ਹੀ ਜਿਹੜੇ ਉਹਨਾਂ ਚੋਂ ਪਾਕਿਸਤਾਨ ਦੀ ਹੋਂਦ ਨਿਕਲਦੀ ਜੀ ਅ ਔਰ ਉਹਨਾਂ ਨੇ ਕਿਉਂਕਿ ਇਹ ਜਦੋਂ ਦੂਸਰੇ ਮਾਡਲ ਵੱਲ ਦੇਖਦੇ ਨੇ ਜਾਂ ਅਸੀਂ ਵੀ ਦੇਖਦੇ ਹਾਂ ਅਸੀਂ ਇਹ ਦੇਖਦੇ ਹਾਂ ਵੀ ਇਹ ਸਿੱਖਾਂ ਦੇ ਕਿਵੇਂ ਲਾਗੂ ਹੁੰਦੇ ਜੀ ਜਾਂ ਸਿੱਖਾਂ ਨੂੰ ਇਹਦੇ ਚੋਂ ਕੀ ਮਫਾਦ ਹੋ ਸਕਦਾ ਜਾਂ ਅਸੀਂ ਇਹਦੇ ਤੋਂ ਕੀ ਸਿੱਖ ਸਕਦੇ ਸੋ ਉਹਨਾਂ ਨੇ ਬੜਾ ਠੀਕ ਸ਼ਬਦ ਦੀ ਇਸਤੇਮਾਲ ਕੀਤਾ ਕਿ ਅਪਾਜ ਲੀਡਰਸ਼ਿਪ ਜਿਹੜੀ ਅੱਜ ਹੈ ਅਪਾਜ ਹੈਂਡੀਕੈਪਡ ਹੁੰਦੀ ਹੈ ਉਹਨਾਂ ਉੱਥੇ ਕੋਈ ਵੀ ਸਾਡੀ ਤੇਰ ਭਾਵੇਂ ਪ੍ਰਾਈਵੇਟਲੀ ਜਿਹੜਾ ਹੈ ਉਹ ਮੰਨਦੇ ਵੀ ਨੇ ਬਾਹਰ ਤਾਂ ਫਿਰ ਬਾਤ ਸਾਰੇ ਹੀ ਆਪੋ ਆਪਣੇ ਅਸਲੀ ਹੋਣ ਦੀ ਡੀਂਗ ਮਾਰਦੇ ਨੇ ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਵੀ ਇਹ ਆਪਾਜ ਲੀਡਰਸ਼ਿਪ ਹੈ ਸਾਡੀ ਖਾਲਸਾਣ ਦੀ ਔਰ ਉਹ ਇਸ ਦੇ ਸਮਰੱਥ ਨਹੀਂ ਨੇ ਕਿ ਕੋਈ ਵੀ ਉੱਥੇ ਉਹ ਡਿਲੀਵਰ ਕਰ ਸਕਣ ਜਾਂ ਕੋਈ ਖਾਲਸਾਣ ਡਿਲੀਵਰ ਕਰ ਸਕਣ ਜੀ ਉਹਨਾਂ ਦੀ ਇੰਟੈਗਰਿਟੀ ਉਹਨਾਂ ਦੀ ਸੱਚਾਈ ਉਹਨਾਂ ਦਾ ਕਰੇਜ ਉਸ ਤੇ ਕੋਈ ਸਵਾਲੀਆ ਨਿਸ਼ਾਨ ਨਹੀਂ ਉਸ ਨੂੰ ਸਲੂਟ ਹੈ ਉਸ ਨੂੰ ਪ੍ਰਣਾਮ ਹੈ ਪਰ ਫੈਕਟ ਹੈ ਕਿ ਵੀ ਉਹ ਉਹਨਾਂ ਦਾ ਇਸ ਕਿਸਮ ਦਾ ਜਿਹੜਾ ਓਵਰਆਲ ਵਰਤਾਰਾ ਓਵਰ ਅ ਪੀਰੀਅਡ ਆਫ ਟਾਈਮ ਹੈ ਉਹ ਲੋਕਾਂ ਨੂੰ ਉਤਸ਼ਾਹਤ ਨਹੀਂ ਕਰ ਸਕੇ ਉਹਨਾਂ ਦਾ ਪਾਵਰ ਬੇਸ ਜਾਂ ਉਹਨਾਂ ਦਾ ਸਪੋਰਟ ਬੇਸ ਘਟਦਾ ਚਲਾ ਗਿਆ ਨਤੀਜੇ ਦੇ ਤੌਰ ਤੇ ਅੱਜ ਹਾਸ਼ੀਏ ਤੋਂ ਬਾਹਰ ਵਾਲੀ ਗੱਲ ਹੈ ਜੀ ਔਰ ਇਹਨਾਂ ਦਾ ਇਹ ਕਹਿਣਾ ਹੈ ਵੀ ਅਸੀਂ ਜਿਹੜਾ ਕਾਲ ਦੇ ਇਸ ਫਰੰਟ ਤੋਂ ਟੀਵੀ 84 ਤੋਂ ਕਿ ਜਿਹੜੀਆਂ ਪੰਥਕ ਧਰਾਨੇ ਕੋਈ ਕੋਆਰਡੀਨੇਸ਼ਨ ਕਮੇਟੀ ਬਣਾ ਕੇ ਉਸ ਤੇ ਲਈ ਪ੍ਰੋਗਰਾਮ ਦੇਣ ਜੀ ਔਰ ਉਸ ਪ੍ਰੋਗਰਾਮ ਚ ਉਤਸ਼ਾਹ ਚੋਂ ਕੋਈ ਨਵੀਂ ਲੀਡਰਸ਼ਿਪ ਕੋਈ ਅੱਗੇ ਗੱਲ ਤੋੜਨ ਵਾਲੀ ਗੱਲ ਨਿਕਲੇ ਔਰ ਲੋਕਾਂ ਤੱਕ ਇਹ ਮੈਸੇਜ ਆਏ ਕਿ ਸਿੱਖ ਹੋਮਲੈਂਡ ਦੇ ਲਈ ਖਾਲਸਾਣ ਦੇ ਲਈ ਕੁਰਬਾਨੀ ਕਰਨੀ ਖਾਲਸਾਣ ਦੇ ਲਈ ਤੁਰਨਾ ਇਹ ਕੋਈ ਆਪਣਾ ਆਪਾ ਜ਼ਾਇਆ ਕਰਨ ਵਾਲੀ ਗੱਲ ਨਹੀਂ ਹੈ ਜੀ ਜੀ ਇਹ ਸਾਡਾ ਕੌਮੀ ਨਿਸ਼ਾਨਾ ਔਰ ਸਾਡਾ ਕੌਮੀ ਕਰ ਹੋਣਾ ਹੀ ਸਾਡੀਆਂ ਭਵਿੱਖ ਦੀਆਂ ਪੀੜ੍ਹੀਆਂ ਨੂੰ ਮਹਿਫੂਜ਼ ਕਰ ਸਕਦਾ ਹੈ ਅਸੀਂ ਬਿਲਕੁਲ ਡਾਕਟਰ ਅਰਵਿੰਦਰ ਸਿੰਘ ਜੀ ਨਾਲ ਸਹਿਮਤ ਹੈ ਅਸੀਂ ਇਹ ਸਾਰੇ ਆਲਮੋਸਟ 1.5 ਸਾਲ ਦੇ ਪੀਰੀਅਡ ਚ ਜਦੋਂ ਵੀ ਕੋਈ ਇਸ ਕਿਸਮ ਦਾ ਮੌਕਾ ਆਇਆ ਹੈ ਹਮੇਸ਼ਾ ਹੀ ਅਸੀਂ ਇਸ ਗੱਲ ਨੂੰ شدت ਨਾਲ ਮਹਿਸੂਸ ਵੀ ਕੀਤਾ ਹੈ ਬਿਆਨ ਵੀ ਕੀਤਾ ਹੈ ਉਸ ਤੇ ਲਈ ਆਪਣੀਆਂ ਸੇਵਾਵਾਂ ਆਫਰ ਵੀ ਕੀਤੀਆਂ ਜੀ ਪਰ ਇੱਕ ਸਟੇਜ ਆ ਜਾਂਦੀ ਹੈ ਵੀ ਤੁਸੀਂ ਇਹ ਸਾਰੇ ਤੋਂ ਨਿਰਾਸ਼ ਜੇ ਸ਼ਬਦ ਮੈਂ ਨਾ ਵੀ ਵਰਤਣਾ ਚਾਹਾਂ ਤੇ ਤੁਹਾਨੂੰ ਲੱਗਦਾ ਵੀ ਇਹ ਐਵੇਂ ਵੇਸਟ ਆਫ ਟਾਈਮ ਹੈ ਇਹਨਾਂ ਨੂੰ ਕਹਿਣਾ ਜੀ ਸੋ ਮੇਰਾ ਖਿਆਲ ਹੈ ਕਿ ਵੀ ਹੁਣ ਕਿਉਂਕਿ ਡਾਕਟਰ ਸਾਹਿਬ ਨੇ ਕਿਹਾ ਤੇ ਮੈਂ ਫੇਰ ਇਹਨਾਂ ਦਾ ਮੈਂ ਬਹੁਤ ਸਤਿਕਾਰ ਵੀ ਕਰਦਾ ਐ ਇਹ ਵੀ ਬਹੁਤ ਪਿਆਰ ਕਰਦੇ ਨੇ ਮੇਰੇ ਲੰਬੇ ਸਮੇਂ ਤੋਂ ਸਾਡੇ ਸਾਥੀ ਸਹਿਯੋਗੀ ਨੇ ਔਰ ਮੈਂ ਸਮਝਦਾ ਐ ਵੀ ਸਾਡੀਆਂ ਸੇਵਾਵਾਂ ਹਾਜ਼ਰ ਨੇ ਕਿਸੇ ਵੀ ਕਿਸਮ ਦੀ ਜੇ ਕੋਈ ਇਸ ਕਿਸਮ ਦੀ ਦਿਲਚਸਪੀ ਸਾਡੀਆਂ ਕਿਉਂਕਿ ਉਥੋਂ ਦੀਆਂ ਧਿਰਾਂ ਦੇ ਨੁਮਾਇੰਦੇ ਇੱਥੇ ਵੀ ਬੈਠੇ ਹੋਏ ਨੇ ਕੋਈ ਕੋਆਰਡੀਨੇਸ਼ਨ ਨਾਲ ਕੋਈ ਸਾਝ ਨਾਲ ਅੱਗੇ ਵੱਲ ਤੁਰਨ ਦੀ ਗੱਲ ਅਸੀਂ ਉਸ ਤੇ ਲਈ ਹਾਜ਼ਰ ਹੈ ਜੀ ਔਰ ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਹੈ ਔਰ ਮੈਂ ਅਕਸਰ ਇਹ ਕਹਿੰਦਾ ਹੈ ਕਿ ਵੀ ਨਿੱਜੀ ਜੀਵਨ ਦੇ ਵਿੱਚ ਵੀ ਅਸੀਂ ਕੋਈ ਕ੍ਰिएशन ਕਰ ਸਕਦੇ ਹਾਂ ਜੇ ਉਤਸ਼ਾਹ ਹੈ ਜੀ ਜੀ ਕੌਮੀ ਜੀਵਨ ਦੇ ਵਿੱਚ ਵੀ ਕੌਮਾ ਉਦੋਂ ਹੀ ਹਾਸਲ ਕਰਦੀਆਂ ਕੋ ਜਦੋਂ ਇੱਕ ਐਨਥੂਸੀਆਜ਼ਮ ਪੈਦਾ ਹੁੰਦਾ ਹੈ ਉਤਸ਼ਾਹ ਪੈਦਾ ਹੁੰਦਾ ਹੈ ਉਹਦੇ ਚੋਂ ਇੱਕ એનર્ਜੀ ਨਿਕਲਦੀ ਹੈ ਹੁਣ ਸੰਤ ਪਿੰਡਾਂ ਵਾਲਿਆਂ ਨੇ ਇੱਕ ਉਤਸ਼ਾਹ ਇੱਕ એનર્ਜੀ ਵਾਲਾ ਮਾਹੌਲ ਸਿਰਜਿਆ ਔਰ ਕਿਵੇਂ ਉਹ ਇੱਕ ਤਬਦੀਲੀ ਹੋਈ ਸੋ ਅੱਜ ਇੱਕ ਨਿਰੁਤਸ਼ਾਤ ਹੈ ਔਰ ਜੇ ਅਸੀਂ ਕੋਈ ਇਕੱਠ ਵੱਲ ਤੁਰਦੇ ਹਾਂ ਪਰਪਸਫੁਲ ਇਕੱਠ ਜਿਹੜਾ ਆਬਜੈਕਟਿਵ ਜੀ ਖਾਰਿਸਤਾਨ ਦੇ ਮੁੱਦੇ ਤੇ ਸੋ ਅਸੀਂ ਇਸ ਲਈ ਬੇਨਤੀ ਵੀ ਕਰਦੇ ਹਾਂ ਔਰ ਰਾਟਾ ਸਾਹਿਬ ਨਾਲ ਵੀ ਔਰ ਦੂਸਰੀਆਂ ਤਰ੍ਹਾਂ ਨਾਲ ਵੀ ਅਸੀਂ ਹਰ ਕਿਸਮ ਦੀ ਕੋਆਪਰੇਸ਼ਨ ਵਿਲ ਵਰਤਨ ਸਹਿਯੋਗ ਜਿਹੜਾ ਉਹ ਕਰਾਂਗੇ ਜੀ ਸੋ ਡਾਕਟਰ ਸ਼ਬਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਸਾਨੂੰ ਲਿਖਿਆ ਜੀ ਸਾਡੀ ਅਗਲੀ ਈਮੇਲ ਆਈ ਹੈ ਆਸਟ੍ਰੇਲੀਆ ਤੋਂ ਇੱਕ ਗੁਰਸਖਬੀਰ ਜੀ ਦੀ ਇਹ ਲਿਖਤੀ ਹੈ ਡਾਕਟਰ ਅਮਰਜੀਤ ਸਿੰਘ ਜੀ ਤੇ ਬੀਬੀ ਨਿਲਮਕੌਰ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਾਰਨਪੁਰ ਦੇ ਦੰਗਿਆਂ ਦੀ ਰਿਪੋਰਟ ਆ ਗਈ ਹੈ ਅਤੇ ਰਿਪੋਰਟ ਵਿੱਚ ਭਾਜਪਾ ਦੇ ਸੰਸਦ ਮੈਂਬਰ ਰਾਗਵ ਲਖਨਪਾਲ ਨੂੰ ਮੁੱਖ ਦੋਸ਼ੀ ਠਹਿਰਾਇਆ ਗਿਆ ਹੈ ਮੇਰਾ ਅੰਦਾਜ਼ਾ ਬਿਲਕੁਲ ਠੀਕ ਨਿਕਲਿਆ ਕਿ ਦੰਗੇ ਕਰਵਾਉਣਾ ਭਾਜਪਾ ਅਤੇ ਅਬਦਾਲੀ ਦਾ ਕੰਮ ਸੀ ਜਿਵੇਂ ਕਿ ਮੈਂ ਤੁਹਾਨੂੰ 38 ਨੰਬਰ ਈਮੇਲ ਵਿੱਚ ਲਿਖਿਆ ਸੀ ਕਿ ਇਹ ਆਪਣੇ ਪੰਥਕ ਇਕੱਠ ਨੂੰ ਮੁਲਤਵੀ ਕਰਨਾ ਚਾਹੁੰਦੇ ਸਨ ਇਸ ਲਈ ਇਹਨਾਂ ਨੇ ਇਹ ਕਰਤੂਤ ਕੀਤੀ ਭਾਵੇਂ ਕਿ ਇਹਨਾਂ ਨੇ ਆਪਣਾ ਇਕੱਠ ਇੱਕ ਦਿਨ ਪਹਿਲੇ ਮੁਲਤਵੀ ਕਰ ਦਿੱਤਾ ਸੀ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਪਲਾਨ ਦੇ ਅਨੁਸਾਰ ਅਗਲੇ ਦਿਨ ਦੰਗੇ ਹੋ ਜਾਣਗੇ ਤੇ ਲੋਕਾਂ ਦਾ ਸਾਰਾ ਧਿਆਨ ਫਿਰ ਦੰਗਿਆਂ ਵਿੱਚ ਚਲਾ ਜਾਵੇਗਾ ਜੀ ਰਵਸਰ ਆ ਦੇਖੋ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਅਸੀਂ ਇਸ ਮੁੱਦੇ ਤੇ ਕੱਲ ਬੜੇ ਵੇਰਵੇ ਨਾਲ ਵਿਚਾਰ ਕੀਤੀ ਹੈ ਕਿਉਂਕਿ ਜਦੋਂ ਹੀ 5 ਮੈਂਬਰ ਕਮੇਟੀ ਜਿਹੜੀ ਯੂਪੀ ਗਵਰਨਮੈਂਟ ਨੇ ਬਣਾਈ ਉਹਦੀ ਰਿਪੋਰਟ ਆਈ ਔਰ ਕੱਲ ਹੀ ਅਸੀਂ ਇਸ ਤੇ ਉੱਤੇ ਵਿਚਾਰ ਕੀਤੀ ਹੈ ਜੀ ਇਹਨਾਂ ਨੇ ਵੀ ਬਿਲਕੁਲ ਠੀਕ ਲਿਖੇ ਕਿ ਇਹਨਾਂ ਨੇ ਆਪਣੀ ਲਿਖਤ ਦੇ ਵਿੱਚ ਉਹਨਾਂ ਨੇ ਈਮੇਲ ਨੰਬਰ ਵੀ ਦਿੱਤਾ ਇਹਨਾਂ ਨੇ ਲਿਖਿਆ ਸੀ ਵੀ ਇਹ ਬੀਜੇਪੀ ਔਰ ਆਰਐਸਐਸ ਦਾ ਕੰਮ ਹੈ ਜੀ ਔਰ ਉਸ ਰਿਪੋਰਟ ਦੇ ਵਿੱਚ ਰਾਘਵ ਲਖਨਪਾਲ ਜਿਹੜਾ ਮੈਂਬਰ ਪਾਰਲੀਮੈਂਟ ਹੈ ਉਸਨੇ ਉਸ ਦਾ ਮੁੱਖ ਰੋਲ ਕਿ ਉਹਨੇ ਜਾ ਜਾ ਕੇ इवन ਆਇਡੈਂਟੀਫਾਈ ਕਰਕੇ ਅੱਗਾਂ ਲਵਾਈਆਂ ਪ੍ਰਾਪਰਟੀ ਨੂੰ ਔਰ ਪੜਕਾਟ ਦੇ ਵਿੱਚ ਪੂਰਾ ਰੋਲ ਅਦਾ ਕੀਤਾ ਜੀ ਸੋ ਸਾਨੂੰ ਖੁਸ਼ੀ ਹੁੰਦੀ ਹੈ ਵੀ ਸਾਡੇ ਵੀਰ ਪੈਣਾ ਹੁਣ ਇਹਨੇ ਇੱਕ ਦੂਰਦਰਸ਼ੀ ਵੀ ਨੇ ਉਸ ਨੂੰ स्मੈਲ ਵੀ ਕਰ ਸਕਦੇ ਨੇ ਦੇਖ ਵੀ ਸਕਦੇ ਨੇ ਕਿ ਵੀ ਇਹਦੇ ਪਿੱਛੇ ਕੌਣ ਹੋ ਸਕਦਾ ਜੀ ਸੋ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਰਸਾਇਤ ਨਾਲ ਨੇ ਅਪਰੇਕ ਵੀਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਛੋਟੇ ਵਕਫੇ ਦੁਬਾਰਾ